ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਧੀਰ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਅਤੇ ਅੱਜ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਟੋਟਲ, ਜਿਨ੍ਹਾਂ ਦੇ ਵਿੱਚੋਂ ਦੋ ਗੱਭਣਾ ਅਤੇ ਇੱਕ ਸੂਈ ਆ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ। ਹਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸੁਣਾਓ ਠੀਕ ਠਾਕ ਜੀ? ਵਧੀਆ ਵਧੀਆ, ਤੁਸੀਂ ਦੱਸੋ? ਨਵੇਂ ਸਾਲ ਦੀ ਵਧਾਈ ਹੋਈ। ਤੁਹਾਨੂੰ ਮੁਬਾਰਕਾਂ ਹੋਣ ਜੀ। ਹੋਰ ਸੁਣਾਓ ਠੀਕ ਠਾਕ? ਵੇਖਿਆ ਉਦਣ ਮਾਲ? ਫਿਰ ਉਦਣ ਵੇਖਿਆ ਵੀਰ ਜੀ, 10 ਮਿੰਟ ਹੀ ਲੱਗੇ। ਅੱਛਾ, 10 ਮਿੰਟ ਆ ਜੀ, 2:30 ਵਜੇ ਆਪਾਂ ਵੀਡੀਓ ਬਣੀ ਸੀ। ਅੱਛਾ, ਤੇ ਜਾਣੇ ਕਿ 3 ਵਜੇ ਨੂੰ ਵੀ ਫੋਨ ਆਉਣੇ ਚਾਲੂ ਹੋ ਗਏ। ਅੱਛਾ, ਤੇ ਜਿਹੜੀ ਵੱਡੀ ਗਾਂ ਵੇਚੀ ਨਾ ਆਪਾਂ, ਅੱਛਾ, ਉਹਦੇ ਕੁਝ 25-30 ਫੋਨ ਆਏ ਹੋਣ। ਅੱਛਾ, ਕਿੱਥੋਂ ਕਿੱਥੋਂ ਆਏ ਜੇ, ਮਰਿੰਡਾ ਲਾ ਲਓ, ਮੁਕਤਸਰ ਲਾ ਲਓ। ਅੱਛਾ, ਤੇ ਹੁਣ ਗਈ ਜੇ ਉੱਥੇ ਰਾਮ ਤੀਰਥ ਲੱਗੇ ਆ ਲੋਪੋ ਕੇ। ਅੱਛਾ, ਉੱਧਰ ਗਈ ਆ ਤੇ ਵਧੀਆ ਰਿਹਾ ਫਿਰ ਪਹਿਲੀ ਵੀਡੀਓ ਦਾ। ਹਾਂਜੀ, ਜਲਸੀਰੇ ਦੇ ਵੀਰ ਜੀ ਖੋਆ ਮਾਈ ਹੋਈ ਜੀ ਉੱਧਰ। ਅੱਛਾ, ਦੋ ਗਾਹਕ ਤੇ ਮੇਰੇ ਆਪਣੇ ਰੁੱਸ ਕੇ ਗਏ ਮੇਰੇ ਤੋਂ। ਅੱਛਾ, ਇੰਨੀ ਖੋਆ ਮਾਈ ਹੋਈ ਉਹਦੀ। ਠੀਕ ਆ, ਜਲਸੀ ਦਾ ਰੇਟ ਬੜਾ ਜਾਇਜ਼ ਹੀ ਤੇ ਖੋਆ ਮਾਈ ਜਰਾ ਸਾ ਵੀ ਹੋਇਆ, ਤੇ ਅੱਜ ਵੀ ਰੇਟ ਜਾਇਜ਼ ਹੀ ਪਾ ਦੇਣੇ। ਅੱਜ ਵੀ ਨਵੇਂ ਸਾਲ ਦਾ ਆਫਰ, ਅੱਜ ਨਵਾਂ ਸਾਲ ਜੀ, ਅੱਜ ਕਰਦੇ ਆ ਬਿਲਕੁਲ ਜਾਇਜ਼, ਅੱਜ ਆਫਰ ਹੀ ਚੱਲੂਗਾ। ਮਤਲਬ ਪਹਿਲੀ ਵੀਡੀਓ ਦਾ ਪੂਰਾ ਵਧੀਆ ਰਿਹਾ ਕਿ ਉਹਦਾ? ਹਾਂ, ਬਹੁਤ ਵਧੀਆ ਰਿਹਾ, ਮਾਲਕ ਦੀ ਕਿਰਪਾ ਰਹੀ ਬਾਬੇ। ਠੀਕ ਹੈ, ਚਲੋ ਉਮੀਦ ਹੈ ਕਿ ਗਾਂ ਵੀ ਇਸ ਤਰ੍ਹਾਂ ਹੀ ਹੋਵੇ, ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਗੱਬਣੇ ਆ ਜਿਹੜੀ ਇਤੋਂ ਹੀ ਆਪਾਂ ਕਰਨੀ। ਥਾਣੇ ਤੇ ਦੇਖ ਸਕਦੇ ਜੇ, ਬੜਾ ਪਿਆਰਾ ਥਾਣੇ ਆ ਜਿਹੜਾ ਇਹਦੇ ਕੋਲ। ਕਿੰਨਾ ਕੁ ਟਾਈਮ ਲੈ ਜਾਓਗੇ ਵੀਰ ਜੀ ਲੈ ਸੌਣ ਚ? ਵੀਰ ਜੀ ਇਹ ਵੈਟ 15 ਦਿਨ ਖੜੂਗੀ। ਅੱਛਾ, ਦੂਜੇ ਸੂਏ ਸੁਣਾ ਆ। ਅੱਛਾ, ਅਗਲੇ ਘਰ ਵਾਲੇ ਮੈਨੂੰ 13 ਕਿਲੋ ਦੀ ਗਾਰੰਟੀ ਦਿੱਤੀ ਆ। ਠੀਕ ਆ, ਥਾਣ ਦੀ ਕੁਝ ਗੱਲ ਹੋਈ ਮੇਰੀ ਜ਼ਿੰਮੇਵਾਰੀ। ਠੀਕ ਆ ਜੀ, ਠੀਕ ਆ ਜੀ, ਠੀਕ ਆ। ਇੱਕ ਤੇ ਹੋਰ ਕੋਈ ਵੀ ਗਾਰੰਟੀ, ਸਭ ਕੁਝ ਮੇਰੀ ਆਪਣੀ ਆ। ਠੀਕ ਆ ਜੀ, ਹਾਂਜੀ। ਤੇ 15 ਦਿਨਾਂ ਸੁਣਦੀ ਆ। ਦੁੱਧ ਕਿੰਨਾ ਚਵਾਜੂਗੀ? ਦੁੱਧ ਵੀਰ ਜੀ ਉਹ ਤੇ 13 ਕਿਲੋ ਆਂਦੇ ਸੀ। ਅੱਛਾ, ਪਿਛਲੇ ਸੂਏ ਪਹਿਲਾਂ ਨੇ ਦਿੱਤਾ। ਅੱਛਾ, ਤੇ ਇਹਨਾਂ ਤੋਂ ਵੱਧ ਹੀ ਦਊਗੀ, ਚਲੋ 11-12 ਤੇ ਦਊਗੀ 12 ਕਿਲੋ। ਠੀਕ ਆ, ਹਾਂਜੀ ਹਾਂਜੀ। ਤੇ ਤੋਰੀ ਆਪਾਂ ਇਹਨਾਂ ਤੇ ਇੱਕ ਵਾਰੀ ਤੋਰਨ ਤੋਂ ਪਹਿਲਾਂ ਨਾ ਨਾਮ ਦੱਸ ਦਿਓ ਆਪਣਾ। ਨਾਮ ਮੇਰਾ ਰਣਜੀਤ ਸਿੰਘ। ਹਾਂਜੀ, ਪਿੰਡ ਢਿਆਲਾ ਨੱਤ ਪੱਤੀ ਮਿਰਜੋਲੀ, ਧੀਰ ਪਿੰਡ ਦੇ ਬਿਲਕੁਲ ਲਾਗੇ, ਬਾਈਪਾਸ ਦੇ ਉੱਪਰ, ਨਵੇਂ ਬਾਈਪਾਸ ਤੋਂ 1 ਕਿਲੋਮੀਟਰ, ਬਟਾਲਾ ਸਾਨੂੰ 2 ਕਿਲੋਮੀਟਰ। ਠੀਕ ਹੈ ਜੀ, ਮੈਂ ਬਟਾਲੇ ਦੇ ਬਟਾਲਾ ਹੀ ਆ ਜਾ, ਮੇਨ ਬਟਾਲਾ ਸ਼ਹਿਰ ਬਿਲਕੁਲ ਨਾਲ ਹੀ ਆ ਕੇ, ਬਿਲਕੁਲ ਮੇਨ ਰੋਡ ਦੇ ਉੱਪਰ ਹੀ ਆ, ਹਨਾ? ਠੀਕ ਆ, ਤੇ ਫੋਨ ਨੰਬਰ ਵੀ ਬੋਲ ਦਿਓ ਇੱਕ ਵਾਰੀ। 9550 ਹਾਂਜੀ 9490। ਠੀਕ ਹੈ ਜੀ, ਅੱਜ ਫਿਰ ਯਾਦ ਕਰ ਲਿਆ ਜ਼ਿਆਦਾ, ਹੁਣ ਨਾਲ ਆ ਕੇਲਾ ਪਾ ਆ ਗਿਆ ਨਾ। ਠੀਕ ਹੈ, ਚਲੋ ਫਿਰ ਲਿਆਓ, ਫਿਰ ਤੋਰ ਦਈਏ ਇਹਨਾਂ। ਹਾਂਜੀ ਚਲੋ, ਬਾਕੀ ਭਾਈ ਬੱਚੀ ਬਣੂ ਬੜੀ ਏ। ਠੀਕ ਹੈ ਜੀ, ਦੇਖੋ ਤੁਸੀਂ ਥਾਣ ਵੇਖੋ ਇਹਦਾ ਕੀ ਆ, ਤੇ ਦੁਹਾਨਾ ਵੇਖੋ ਵੀ ਅਜੇ 15-20 ਦਿਨਾਂ ਸੁਣਦੀ ਏ, ਅਜੇ 15 ਦਿਨ ਖੜਦੀ ਆ। 15 ਦਿਨ ਲਈ ਆ ਜੀ, ਘਰ ਦੇ ਵਾਲੇ ਘਰ ਵਾਲੇ ਡੇਟ ਲੈ ਕੇ ਬਲਾ ਬਗੈਦਾ ਦਿੱਤੀ ਮੈਨੂੰ ਜੀ। ਅੱਛਾ ਜੀ, ਹਾਂਜੀ ਠੀਕ ਹੈ ਜੀ। ਇਹ ਠੰਡੀ ਧੀਰੀ ਆ, ਕੋਈ ਨਿਆਣਾ ਹੀ ਪਾਉਣਾ ਵਾ, ਕੋਈ ਨਹੀਂ ਲਿਆ ਤੇ ਲਈ ਆਪਣੇ ਰਿਸ਼ਤੇਦਾਰ ਕੋ, ਕਿਸੇ ਉਪਰੇ ਬੰਦੇ ਕੋ ਮੰਗੇ। ਠੰਡੀ ਧੀਰੀ ਉਤਰਾ ਪੂਰੀ ਜੇ? ਬਿਲਕੁਲ ਭਾਜੀ, ਬਿਲਕੁਲ ਠੰਡੀ ਧੀਰੀ, ਮੈਂ ਪਾਸ ਕੀਤੀ ਹੋਈ ਗਾਂ ਲੈ ਕੇ ਆਇਆ। ਠੀਕ ਹੈ ਜੀ, ਪਾਸ ਕਰਕੇ ਕਿੰਦੇ ਲਿਆਂਦੀ ਆ। ਮੁੱਲ ਵੀਰ ਜੀ ਪਾ ਦਈਏ ਤਾਂ ਜਾਇਜ਼ ਆ ਫਿਰ, ਚਲੋ ਕਿੰਨਾ ਕਰੀਏ? ਅਰਪੀ ਭਾਈ 32,000 ਪਾ ਦਈਏ, ਕਰ ਦਿਓ ਕੁਛ ਮਾਨ ਵਿੱਚ। ਮਾਨ ਫਿਰ 30,000 ਦੀ ਗਾਂ ਦੇ ਦੂੰਗਾ ਜੀ। 30,000 ਦੀ? 30,000 ਦੀ, ਇਹਦੇ ਵਿੱਚ ਛੋੜ ਹੀ ਜੀ। ਨਵਾਂ ਸਾਲ ਜੀ, ਅੱਜ ਛੋੜ ਨਾ ਕਰੋ, 2,000 ਹੀ ਜਾਣ ਦਿਓ ਹੋਰ। ਅਰੇ ਭਾਈ ਅੱਗੇ ਵੀ ਵੀਡੀਓ ਮੈਂ ਪਹਿਲੀ ਪਾਈ ਸੀ, ਆ ਦੂਜੀ ਵੀਡੀਓ ਮੇਰੀ ਆ। ਹਾਂਜੀ, ਤੇ ਮੈਂ ਬੇਨਤੀ ਅਰ ਗਾਹਕ ਵੀਰ ਭਰਾ ਨੂੰ ਕਰਦਾ ਵੀ ਜਿਹੜਾ ਮੈਂ ਰੇਟ ਅਸੀਂ ਪਾ ਦਿੰਦੇ ਆ ਨਾ, ਉੱਥੇ ਹੀ ਰਿਹਾ ਕਰੋ। ਚਲੋ ਛੋਟ ਤੇ ਅਸੀਂ ਕਰਨੀ ਆ, 100 ਕਰ ਦਈਏ, 200 ਕਰ ਦਈਏ, 500 ਕਰ ਦਈਏ, ਜਿਹੜਾ ਦੋਹਰੇ ਸੌਦਾ ਕਰਨ ਵਾਲਾ ਉਹ ਫੋਨਾਂ ਤੇ ਕਿਹਨਾਂ ਕਰਿਆ ਜਾ, 2-2 ਘੰਟੇ ਇੱਕ ਤਾਂ ਦੂਜੇ ਦਾ ਫੋਨ ਆਉਣ ਡਿਆ ਹੁੰਦਾ, ਇੱਕ ਫੋਨ ਵਾਲਾ 2-2 ਘੰਟੇ ਸੌਦਾ ਕਰਦਾ ਲੈਂਦਾ। ਠੀਕ ਹੈ, ਤੇ ਤੁਹਾਨੂੰ ਪਤਾ ਰੇਟ ਜੋ ਜਾਇਜ਼ ਹੀ, ਅਗਲੇ ਨੇ ਵਪਾਰੀ ਬੰਦੇ ਨੇ ਰੋਟੀ ਰੱਖ ਕੇ ਰੱਖ ਦੇ ਦੇਣੀ ਹੁੰਦੀ ਵੀ ਚਲੋ ਰੋਟੀ ਮਿਲ ਜੇ, ਮੂੰਹ ਮਿੱਠਾ ਹੋ ਜੇ ਬਸ। ਠੀਕ ਹੈ, ਹਾਂਜੀ ਹਾਂਜੀ, ਦੇ ਦੋਗੇ ਫਿਰ 28,000 ਦੀ? 28,000 ਦੀ ਦੇ ਦਾਂਗੇ, ਉਹ ਚ
ਚਲੋ ਠੀਕ ਹੈ, ਮੌਕੇ ਤੇ ਛੋਟ ਕਰ ਦੇ। ਤੇ ਹੁਣ ਜਿਹੜੀ ਆਪਾਂ ਦਿਖਾਉਣੀ ਆ ਦੂਸਰੇ ਨੰਬਰ ਤੇ ਜਰਸੀ ਚ ਆ ਜਿਹੜੀ ਥਾਣੇ ਦੇ ਲਾਗੇ ਤੋਂ ਦੇਖ ਸਕਦੇ, ਇਹ ਵੀ ਗੱਭਣ ਆ ਜੇ। ਤੇ ਇਹ ਵੀ ਜੀ ਕਿੰਨੇ ਕੁ ਦੁੱਧ ਵਾਲੀ ਜੇ? ਪੂਰੀ ਕਾਲੀ ਆ, ਜਿਹੜੇ ਥਣ ਵੀ ਕਾਲੇ ਆ ਇਹਦੇ, ਜਿਹੜੇ ਵੀਰਾਂ ਦੇ ਬਿਲਕੁਲ ਬਲੈਕ ਭਾਜੀ, ਪੂਰੀ ਕਾਲੀ ਵੈੜ ਹੈ। ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਆ ਪੂਰੀ ਕਾਲੀ ਵੈੜ ਹੋਵੇ, ਥਣ ਵੀ ਕਾਲੇ ਹੋਣ, ਪੂਰੀ ਮੂੰਹ ਵੀ ਕਾਲਾ ਹੋਵੇ, ਉਹਨਾਂ ਵੀਰਾਂ ਵਾਸਤੇ ਆ ਖਾਸ ਤੌਰ ਤੇ। ਇਹ ਵੀ ਜਿਹੜੀ ਚੀਜ਼ ਥੋੜੀ ਘੱਟ ਲੱਗਦੀ ਹੈ, ਜਿਹੜੀ ਪੂਰੇ ਕਾਲੇ ਰੰਗ ਦੀ ਭਾਜੀ, ਠੀਕ ਹੈ ਜੀ। ਮੈਨੂੰ ਦੋਵਾਂ ਤਨਾਂ ਵੀਰਾਂ ਨੇ ਕਿਹਾ ਸੀ ਉਹੀ ਤੋਹਫਾ ਹੀ ਆਇਆ ਜੀ, ਠੀਕ ਹੈ ਜੀ। ਬਾਕੀ ਅੱਖਾਂ 'ਚ ਕਈ ਵਾਰੀ ਰੋਸ਼ਨੀ ਵੱਜ ਜਾਂਦੀ ਤਾਂ ਕਰਕੇ ਕਈ ਵਾਰੀ ਅੱਖਾਂ ਲਿਸ਼ਕਦੀਆਂ ਨੇ। ਬੜੀ ਪਿਆਰੀ ਜੀ ਵੈੜ ਆ ਜਿਹੜੀ ਠੰਡੀ ਧੀਰੀ ਜੀ, ਉਤਰਾਂ ਵੀ ਸਾਂਭੀ ਸੁੰਭੀ ਚੰਗੀ ਆ, ਥੱਲਿਓ ਵੀ ਚੰਗੀ ਤਿਆਰ ਹੁੰਦੀ ਆ। ਬੰਦ ਵੀਰ ਜੀ ਫਿਰ ਇਹਨੂੰ ਤੇ ਕੀ ਰੱਖੀਏ ਵੀਰ ਜੀ ਇਹਦਾ ਮੁੱਲ ਫਿਰ ਆਪਾਂ? ਬਤਾਲੀ ਹਜ਼ਾਰ ਦੀ ਕਰੀਏ ਵਿੱਚ ਮਾਨ ਤਾਨ ਕੁਛ, 40 ਤੋਂ ਅੰਦਰ ਲਿਆਓ ਇਹਨੂੰ। ਨਹੀਂ ਕਰੋ ਕੁਛ ਮਾਨਤਾ, ਤੁਸੀਂ ਕਰਨਾ ਜੇ 38 ਦੀ ਦੇ ਦਾ ਹਜ਼ਾਰ ਹੋਰ ਛੱਡ ਦਿਓ ਫਿਰ, 37 ਦੀ ਪੂਰੇ ਦੀ 37,000 ਚ 500 ਰੁਪਈਆ ਛੋੜ ਹੀ ਜੇ, ਠੀਕ ਹੈ ਜੀ, ਠੀਕ ਹੈ ਜੀ। ਚਲੋ ਬਾਕੀ ਉਹ ਤੇ ਆਪੇ ਮੌਕੇ ਤੇ ਹੋ ਜਾਊਗਾ, ਕਾਲੀ ਫਿਰ ਮੌਕੇ ਤੇ, ਠੀਕ ਹੈ ਜੀ। ਤੇ ਹੁਣ ਇੱਕ ਆ ਗਾਂ ਸੂਈ ਸੋਈ ਹਰਪ੍ਰੀਤ ਭਾਈ, ਇਹ ਗਾਂ ਨਾਲ ਸੂਈ ਆ। ਅੱਛਾ, ਆ ਬੱਚਾ 7 ਦਿਨ ਹੋ ਗਿਆ, 8 ਦਿਨ ਸੂਈ ਨੂੰ। ਅੱਛਾ, ਸੂਈ ਆ ਮਗਰ ਇਹਦੇ, ਠੀਕ ਆ, ਠੀਕ ਹੈ ਜੀ। ਤੇ ਆ ਵੀਰ ਨਾ ਮੈਂ ਲੈਣ ਡਿਆ ਸੀਗਾ। ਅੱਛਾ, ਸੌਦਾ ਹੋਣ ਡਿਆ, ਸੌਦਾ ਹਟਾਉਣ ਡਿਆ ਸੀ, ਇਹਨੇ ਚਵਾਲੀ ਆ। ਅੱਛਾ, ਅਸੀਂ ਥੋੜਾ ਜਿਹਾ ਲੇਟ ਹੋ ਗਏ, 10-15 ਮਿੰਟ ਹੀ ਹੋਏ ਆ, ਠੀਕ ਆ। ਅੱਜ ਮੈਂ ਆਪਣਾ ਵੀ ਥੋੜਾ ਜਿਹਾ ਤਾਲਮੇਲ ਜਿਹਾ ਘਟ ਰਿਹਾ ਆਪਾਂ, ਹਾਂਜੀ ਹਾਂਜੀ, ਆਪਣਾ ਪੱਕਾ ਨਹੀਂ ਕਿ ਬੰਨੀ ਆ ਕਿ ਨਹੀਂ, ਆਪਾਂ ਸਵੇਰੇ ਵੀਰ ਵੀਰ ਦੀ ਗੱਲ ਹੋਈ। ਹਾਂਜੀ ਹਾਂਜੀ, ਤੂੰ ਆ ਗਿਆ ਵੀ ਰਹੀਤ ਭਾਈ ਤੁਹਾਨੂੰ ਟਾਈਮ ਦਵਾਂਗੇ ਤੇ ਮੈਂ ਵੀ ਕਿਹ ਪ੍ਰੋਗਰਾਮ ਤੇ ਆ ਵੀਰੇ। ਹਾਂਜੀ ਹਾਂਜੀ, ਉੱਥੇ ਮੇਰਾ ਵੀ ਟਾਈਮ ਨਹੀਂ ਲੱਗਾ ਵੀ ਤੁਹਾਨੂੰ ਮੈਂ ਫੋਨ ਕਰਕੇ ਕਰ, ਅੱਜ ਤੁਹਾਡੇ ਦਰਸ਼ਨ ਹੀ ਸਾਡੇ ਕਰਮਾਂ 'ਚ ਤੇ ਚਲੋ ਮੇਲ ਜੋਲ ਹੋ ਗਏ। ਤੇ ਅਰੇ ਦੁੱਧ ਇਹਦੇ ਥੱਲੇ ਹਰ ਹਰ ਭਾਈ 11 ਕਿਲੋ ਆ। ਅੱਛਾ, ਬਾਕੀ ਸੂਈ ਸਵਾਈ ਆ ਇਹਦੀ ਤੇ ਚਵਾਈ ਜਿਹੜੀ ਹੋ ਹੀ ਜਾਣੀ ਆ। ਦੇਖੋ ਹਰਪ੍ਰੀਤ ਭਾਈ ਥਾਣ ਦੇਖੋ, ਚੀਲੀ ਦੇਖੋ, ਦੇਖੋ ਆਪਣੇ ਕੋਈ ਵੀਰ ਚਵਾਈ ਕਰਕੇ ਖੜੇ, ਵੇਖੋ ਗੁਲਾਬੀ ਥਾਣ ਤੇ ਚਵਾਈ ਵੇਖੋ, ਠੀਕ ਹੈ ਜੀ। ਬਾਕੀ ਦੋ ਗੱਬਣਾ ਵਾ, ਇੱਕੋ ਹੀ ਸੂਈ ਆ ਇਹਦੀ ਤੇ ਆਪਣੀ ਚਵਾਈ ਕਰਕੇ ਜਿਹੜੀ ਤੁਹਾਨੂੰ ਖੜਨੀ ਚਾਹੀਦੀ ਆ। ਲੈ ਗਿਆ ਵੀਰ ਜੀ ਆਹ ਬੱਚਾ ਜਿਹੜਾ ਇਹਦਾ। ਬਾਕੀ ਕੋਈ ਵੀਰ ਆਪਣੀ ਦੋ ਟਾਈਮ ਚਵਾਈ ਕਰਕੇ ਲੈ ਜੇ ਤੇ ਕੀ ਰੱਖੀਏ ਵੀਰ ਜੀ ਇਹਦਾ ਫਿਰ ਮੁੱਲ ਆਪਾਂ? ਹਰਪ੍ਰੀਤ ਭਾਈ ਵਸ਼ੀ ਦੇ 40,000 ਵਾਲੀ। ਅੱਛਾ, ਜੇ ਸੋ ਜਿਹੋ ਜਿਹਾ ਸਕਮ ਹਾਲ ਵੇਖੋ ਤੀ ਜੋ ਚੀਜ਼ ਆ, ਹਾਂਜੀ ਕੀ ਵੇਖੋ ਵਸ਼ੀ ਜੋ ਚੀਜ਼ ਆ, ਠੀਕ ਆ, 39,000 ਦੀ ਦੇ ਦੇ। ਅੱਛਾ, 1000 ਛੱਡ ਦੋਗੇ ਵਿੱਚੋਂ, 39,000 ਦੀ ਵਸ਼ੀ। ਚਲੋ ਵਿੱਚ ਹੋਰ ਕਰ ਦੋਗੇ ਮੌਕੇ ਤੇ ਮਨ, ਇਹਦਾ ਜੀ ਦੱਸੋ ਅੱਜ ਫਿਰ ਕਿੰਨਾ ਕਰਨਾ ਜੀ? ਉਦੋਂ ਵੀ ਤੁਸੀਂ ਆਫਰ ਲਵਾਇਆ ਤੇ ਅੱਜ ਵੀ ਤੁਸੀਂ ਕਰ ਲਓ, ਇਹ ਫਿਰ 37 ਦੀ ਕਰਦੀ ਹੈ ਵੀ।
37 ਦੀ ਉਹ ਤੇ 37 ਦੀ ਆ, ਭਾਵੇਂ ਕੋਈ ਉਹ ਲੈ ਜਾਏ ਤੇ ਭਾਵੇਂ ਕੋਈ ਆ ਲੈ, ਉਹ ਲੈ ਲੈ ਭਾਵੇਂ ਕੋਈ ਆ ਲੈ ਲੈ 37 ਹਜ਼ਾਰ ਦੀ ਛੋੜ 500 ਰੁਪਏ ਤੇ ਅਜੇ ਇਹਦਾ ਸੌਦਾ ਹੋਇਆ ਨਹੀਂ ਆ ਵੀਰ ਜੀ, ਹੁਣ ਚਵਾਈ ਆ ਆਪਣਾ ਭਰਾ ਹੀ ਆ ਗਵਾਂਢੇ ਆ। ਅੱਛਾ ਲੱਗੋ ਹੀ ਆ ਤੇ ਮੈਨੂੰ ਆਂਦਾ ਚਾਚਾ ਜੀ ਮੈਨੂੰ ਵੈੜ ਦੇ ਦੋ। ਅੱਛਾ ਪੁੱਤ ਮੈਂ ਵੀਡੀਓ ਚ ਪਾਉਣੀ ਆ, ਤੈਨੂੰ ਵੈੜ ਹੋਰ ਲਿਆ ਦਾਂਗੇ। ਠੀਕ ਆ, ਕਿਉਂ ਆਨੂੰ ਹੁੰਦਾ ਵੀ ਚਲੋ ਇਹ ਆ ਜਾਣਾ ਇਹਨੂੰ ਤੇ ਚਲੋ ਕੱਲ ਨੂੰ ਫੇਰ ਲੱਭ ਕੇ ਦੇ ਦਾਂਗੇ। ਠੀਕ ਆ, ਇਹਨੂੰ ਤੇ ਦੇਖ ਦੇਣੀ ਆ ਤੇ ਅਜੇ ਉਤਰਾ ਮਤਲਬ ਸੌਦਾ ਇਹਦਾ ਕਰਨਾ। ਸੌਦਾ ਨਹੀਂ ਹੋਇਆ, ਸੌਦਾ ਨਹੀਂ ਹੋਇਆ, ਕੋਈ ਫੋਨ ਕਰਕੇ ਪੁੱਛ ਲੈ ਕਰਕੇ ਜੋ ਮਰਜ਼ੀ ਕਰ ਲੈ, ਆਪਣਾ ਗੁਆਂਢੀਆਂ ਨੂੰ ਕੱਲ ਨੂੰ ਫੇਰ ਲੈ ਦਾਂਗੇ। ਠੀਕ ਆ ਜੀ, ਠੀਕ ਆ ਵੀਰ ਜੀ, ਹੋਰ ਕੁਛ ਕਹਿਣਾ ਫਿਰ? ਬਸ ਵੀ ਇਹੋ ਹੀ ਮੇਰੀ ਬੇਨਤੀ ਆ ਵੀ ਵੀਰ ਜੋ ਮੈਂ ਰੇਟ ਪਾਤਾ ਹੁੰਦਾ ਨਾ ਉਹ ਚ ਮੈਂ ਛੂਟ ਹੀ ਕਰਦਾ ਵਾ। ਅੱਛਾ, ਤੇ ਮੇਰੀ ਬੇਨਤੀ ਇਹ ਆ ਵੀ ਤੁਸੀਂ ਬਸ ਸੌਦੇ ਤੇ ਆ ਕੇ ਲੈ ਹੀ ਲਓ ਜੋ। ਅੱਛਾ ਠੀਕ ਆ ਜੀ, ਠੀਕ ਆ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਆ ਪਸ਼ੂ ਜਿਹੜੇ ਵੀਰ ਜੀ ਹੁਣਾਂ ਨੇ ਟੋਟਲ 3 ਮਕਾਊ ਕੀਤੇ ਆ, ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਚ ਆ ਕੇ ਆਪਣੀ ਸਮਝ ਤੇ ਆਪਣੀ ਮਰਜ਼ੀ ਨਾਲ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।